ਨਮਸਤੇ ਦੋਸਤੋ ਜੈ ਸ਼੍ਰੀ ਰਾਮ ਜੈ ਹਿੰਦ ਕਿਦਾਂ ਵੀ ਮੇਰੇ ਸਾਰੇ ਵੀਰ ਠੀਕ ਠਾਕ ਨੇ ਵੀਰੋ ਛੋਟੀ ਜੀ ਤੁਹਾਨੂੰ ਐਗਜ਼ਾਮਪਲ ਦਵਾਂਗਾ ਜੇ ਤੁਸੀਂ ਕਿਸੇ ਨੂੰ ਵੀ ਜੇ ਟੈਕਲ ਕਰਨਾ ਹੋਵੇ ਜਵਾਬ ਦੇਣਾ ਹੋਵੇ ਉੱਤਰਕਾਂਡ ਬਾਰੇ ਜਾਂ ਜੋ ਵੀ ਮਿਲਾਵਟ ਹੋਈ ਹੈ ਉੱਤਰਕਾਂਡ ਵਿੱਚ ਉਹਦੇ ਬਾਰੇ ਤਾਂ ਤੁਸੀਂ ਈਜ਼ੀਲੀ ਦੇ ਸਕਦੇ ਆ ਉੱਤਰਕਾਂਡ ਦੀ ਮਿਲਾਵਟ ਤੇ ਗੱਲ ਕਰੀਏ ਤਾਂ ਉਹਦੇ ਵਿੱਚ ਇਦਾਂ ਦੱਸਿਆ ਗਿਆ ਵਾ ਕਿ ਸ਼੍ਰੀ ਰਾਮ ਜੀ ਮਾਤਾ ਸੀਤਾ ਨਾਲ ਅਨਿਆਇ ਕਰਦੇ ਪਏ ਆ ਜਾਂ ਉਹਨਾਂ ਨੇ ਸ਼ੰਭੂ ਨੂੰ ਕਤਲ ਕੀਤਾ ਵਾ ਤੇ ਇਦਾਂ ਦੀਆਂ ਕੁਝ ਚੀਜ਼ਾਂ ਜੋੜੀਆਂ ਗਈਆਂ ਆ ਜਿਹੜੀਆਂ ਕਿ ਉਹਨਾਂ ਦੇ ਬਾਕੀ ਜਿਹੜੇ ਜੀਵਨ ਕਾਲਿਆ ਉਹਦੇ ਨਾਲ ਮੇਲ ਨਹੀਂ ਖਾਂਦੀਆਂ ਤੇ ਬਹੁ ਵੱਡਾ ਸਾਡਾ ਇੱਕ ਵਰਗ ਹੈਗਾ ਆ ਜਿਹੜਾ ਇਹਨੂੰ ਮਿਲਾਵਟੀ ਦੱਸਦਾ ਆ ਤੇ ਕੁਝ ਝੂਠ ਵੀ ਦੱਸਦੇ ਆ ਤੇ ਰਮਾਇਣ ਸ਼ਬਦ ਤੋਂ ਹੀ ਅਸੀਂ ਇਸ ਚੀਜ਼ ਦਾ ਪਤਾ ਲਵਾ ਸਕਦੇ ਆ ਕਿ ਆਹ ਸੱਚ ਆ ਕਿ ਝੂਠ ਆ ਰਾਮਾਇਣ ਦਾ ਮਤਲਬ ਹੈਗਾ ਵਾ RAM ਤੇ ਆ ਜਾਣ ਤੇ ਸੰਸਕ੍ਰਿਤ ਵਿੱਚ ਇਹਦਾ ਮਤਲਬ ਹੁੰਦਾ ਵਾ ਕੋਈ ਚੀਜ਼ ਇੱਕ ਜਗ੍ਹਾ ਤੋਂ ਘੁੰਮ ਕੇ ਵਾਪਸ ਉਸੇ ਜਗ੍ਹਾ ਤੇ ਆ ਜਾਣੀ ਜਿੱਦਾਂ ਕਿ ਸਾਡੇ ਅ ਸੂਰਜ ਦੇਵਤਾ ਹੈਗੇ ਆ ਇਹਨਾਂ ਦੇ ਵਿੱਚ ਜਦੋਂ ਤੁਸੀਂ ਦਿਸ਼ਾ ਦੱਸਣੀ ਹੁੰਦੀ ਆ ਅਸੀਂ ਦੱਖਣਾਇਣ ਜਾਂ ਉੱਤਰਾਇਣ ਕਹਿੰਨੇ ਆ ਜਦੋਂ ਪ੍ਰੋਪਰ ਇੱਕ ģੇੜਾ ਕੱਟ ਕੇ ਵਾਪਸ ਦੱਖਣ ਚ ਤੋਂ ਉੱਤਰ ਤੋਂ ģੇੜਾ ਕੱਟ ਕੇ ਵਾਪਸ ਆਪਣੀ ਥਾਂ ਤੇ ਵਾਪਸ ਚੱਲ ਜਾਂਦੇ ਆ ਇਦਾਂ ਹੀ ਇਹਦਾ ਨਾਮ ਰਮਾਇਣ ਹੈ ਕਿ ਰਾਮ ਜੀ ਦੀ ਜਰਨੀ ਦੀ ਆ ਗੱਲ ਆ ਕਿ ਰਾਮ ਜੀ ਦਾ ਜਿਹੜਾ ਸਫਰ ਹੈਗਾ ਵਾ ਉਹ ਅਯੁੱਧਿਆ ਤੋਂ ਸ਼ੁਰੂ ਹੋ ਕੇ ਅਯੁੱਧਿਆ ਤੇ ਖਤਮ ਹੋਇਆ ਵਾ ਤੇ ਇੱਥੋਂ ਦੀ ਅਸੀਂ ਈਜ਼ੀਲੀ ਆ ਗੱਲ ਨੂੰ ਟੈਕਲ ਕਰ ਸਕਦੇ ਆ ਕਿ ਉੱਤਰ ਕਾਂਡ ਉਹ ਬਾਅਦ ਵਿੱਚ ਆਇਆ ਵਾ ਉਹ ਉਹਨਾਂ ਦੇ ਰਾਜ ਬਾਰੇ ਗਲੰਦ ਸਿਆਗੀਆਂ ਚੀਜ਼ਾਂ ਦੱਸੀਆਂ ਗਈਆਂ ਵਾ ਤੇ ਉਹਦੇ ਵਿੱਚ ਜ਼ਰੂਰ ਮਿਲਾਵਟ ਹੋਈ ਆ ਤੇ ਰਮਾਇਣ ਸ਼ਬਦ ਤੁਸੀਂ ਕੋਈ ਵੀ ਤੁਹਾਨੂੰ ਬੋਲਦਾ ਵਾ ਤਾਂ ਰਮਾਇਣ ਸ਼ਬਦ ਬੋਲ ਕੇ ਹੀ ਤੁਸੀਂ ਉਸ ਚੀਜ਼ ਨੂੰ ਟੈਕਲ ਕਰ ਸਕਦੇ ਆ ਆਇ ਇੱਕ ਸੰਸਕ੍ਰਿਤ ਦਾ ਵਰਡ ਆ ਆਇਣ ਉਹਦੇ ਤੋਂ ਠੀਕ ਆ ਓਕੇ ਵੀਰੋ ਜੈ ਸ਼੍ਰੀ ਰਾਮ ਜੈ ਹਿੰਦ